ਅਸੀਂ ਪਿੱਛੇ ਆ ਥੋੜਾ ਗਰੁੱਪ ਆਣ ਦੇ ਪੂਰੇ ਚੰਗਾ ਪਿੱਛੇ ਵਿੱਚ ਮੇਰੇ ਸਾਹਮਣੇ ਬੈਠੇ ਸਾਡੀ ਆਮ ਆਦਮੀ ਪਾਰਟੀ ਦੀ ਤਲਵਾੜਾ ਦੀ ਸਾਰੀ ਟੀਮ ਅੱਜ ਬਹੁਤ ਖੁਸ਼ੀ ਦਾ ਸਮਾਂ ਸਾਡੇ ਵਿੱਚ ਅੱਜ ਪਰਿਵਾਰ ਦੇ ਵਿੱਚ ਵਾਧਾ ਹੋਇਆ। ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਦੇ ਦਿਲ ਦੀਆਂ ਗਹਿਰਾਈਆਂ 'ਚ ਥੈਂਕਸ ਕਰਦਾ ਅਤੇ ਸਾਰਿਆਂ ਨੂੰ ਪ੍ਰਣਾਮ ਕਰਦਾ, ਨਮਸਕਾਰ, ਜੈ ਸ਼੍ਰੀ ਰਾਮ। ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਬਹੁਤ ਹੀ ਸਤਿਕਾਰਯੋਗ ਜਿਨ੍ਹਾਂ ਨੇ ਬਹੁਤ ਲੰਬਾ ਸਮਾਂ ਤਲਵਾੜਾ ਦੇ ਉੱਤੇ, ਤਲਵਾੜਾ ਦੇ ਲੋਕਾਂ ਦਾ ਦਿਲ ਦੇ ਉੱਤੇ ਰਾਜ ਕਰਨ ਵਾਲੇ ਸ਼੍ਰੀ ਰਾਮ ਪ੍ਰਸ਼ਾਦ ਜੀ, ਸਰਪੰਚ ਸਾਹਿਬ, ਜਿਨ੍ਹਾਂ ਨੇ ਲੰਬਾ ਸਮਾਂ ਕਾਂਗਰਸ ਪਾਰਟੀ ਦੀ ਸੇਵਾ ਕੀਤੀ ਹੈ, ਬੜਾ ਲੰਬਾ ਸਮਾਂ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਦਿੱਤਾ, ਹਰੇਕ ਦੁੱਖ ਸੁੱਖ ਦੇ ਵਿੱਚ ਉਸ ਪਾਰਟੀ ਨਾਲ ਰਹੇ ਨੇ। ਪਰ ਪਿਛਲੀਆਂ ਇਲੈਕਸ਼ਨਾਂ ਦੇ ਦੌਰਾਨ ਤੁਸੀਂ ਸਾਰਿਆਂ ਨੇ ਜੋ ਹਾਲਾਤ ਪਿਛਲੀਆਂ ਪਾਰਟੀਆਂ ਨੇ ਇਹਨਾਂ ਦੇ ਪਰਿਵਾਰ ਨਾਲ ਕੀਤੇ ਸੀ ਤੁਸੀਂ ਸਾਰੇ ਜਾਣਦੇ ਸੀਗੇ, ਅਤੇ ਮੇਰੇ ਮਨ ਨੂੰ ਅੱਜ ਬੜੀ ਤਸੱਲੀ ਹੈ ਕਿ ਉਸ ਪਰਿਵਾਰ ਨੇ ਅੱਜ ਬੜਾ ਵਧੀਆ ਫੈਸਲਾ ਲਿਆ। ਮੈਂ ਜਿੱਥੇ ਸਭ ਤੋਂ ਪਹਿਲਾਂ ਤਾਂ ਸ਼੍ਰੀ ਰਾਮ ਪ੍ਰਸ਼ਾਦ ਜੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਆਪਣੇ ਪਰਿਵਾਰ ਨੂੰ ਸਾਡੇ ਪਰਿਵਾਰ ਦੇ ਨਾਲ ਜੋੜਿਆ। ਅੱਜ ਵਿਧਾਇਕ ਸਾਹਿਬ, ਅੱਜ ਆਮ ਆਦਮੀ ਪਾਰਟੀ ਵਿੱਚ ਕਾਂਗਰਸ ਪਰਿਵਾਰ ਛੱਡ ਕੇ ਜਿਹੜੇ ਨਗਰ ਕੌਂਸਲ ਦੇ ਪ੍ਰਧਾਨ ਮੋਨਿਕਾ ਸ਼ਰਮਾ ਅਤੇ ਉਹਨਾਂ ਦੇ ਸਾਥੀ ਜਿਹੜੇ ਸ਼ਾਮਲ ਹੋਏ ਨੇ, ਕੀ ਕਹਿਣਾ ਇਸ ਨੂੰ ਲੈ ਕੇ? ਅੱਜ ਕਾਂਗਰਸ ਪਾਰਟੀ ਨੂੰ ਕਿਤੇ ਨਾ ਕਿਤੇ ਵੱਡਾ ਝਟਕਾ ਲੱਗਿਆ ਅਤੇ ਆਮ ਆਦਮੀ ਪਾਰਟੀ ਦਾ ਪਰਿਵਾਰ ਵਧਿਆ। ਮੈਂ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਵਧਾਈ ਦਿੰਦਾ ਸਮੁੱਚੇ ਪਰਿਵਾਰ ਨੂੰ। ਸ਼੍ਰੀ ਰਾਮ ਪ੍ਰਸ਼ਾਦ ਜੀ ਦਾ ਪਰਿਵਾਰ ਹੈ, ਸ਼ਹਿਰ ਦਾ ਨਾਮੀ ਪਰਿਵਾਰ, ਤਲਵਾੜੀ ਸ਼ਹਿਰ ਦਾ। ਆਲੇ ਦੁਆਲੇ ਇਸ ਪਰਿਵਾਰ ਦੀ ਬਹੁਤ ਵੱਡੀ ਪਕੜ ਸੀਗੀ। ਸਾਡੇ ਤਾਂ ਮਨ ਦੇ ਵਿੱਚ ਸੀਗਾ ਕਿ ਇਲੈਕਸ਼ਨ ਦੇ ਦੌਰਾਨ ਸਾਡੇ ਵਿੱਚ ਆਉਂਦੇ, ਪਰ ਚਲੋ ਕਈ ਸਥਿਤੀਆਂ ਇੱਦਾਂ ਦੇ ਹੋਈਆਂ ਨਹੀਂ ਆ ਸਕੇ। ਪਰ ਅੱਜ ਮੈਨੂੰ ਬਹੁਤ ਮਨ ਨੂੰ ਖੁਸ਼ੀ ਹੈ ਸਾਡੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਅੱਜ ਵਾਧਾ ਹੋਇਆ। ਸਾਡੇ ਨਗਰ ਕੌਂਸਲ ਦੇ ਪ੍ਰਧਾਨ ਜੀ ਸ਼੍ਰੀਮਤੀ ਮੋਨਿਕਾ ਸ਼ਰਮਾ ਜੀ, ਉਹਨਾਂ ਦੇ ਨਾਲ ਕੌਂਸਲਰ ਕਲਾਵਤੀ ਜੀ ਅਤੇ ਹੋਰ ਉਹਨਾਂ ਦੇ ਜਿੰਨੇ ਵੀ ਪਰਿਵਾਰ ਦੇ ਮੈਂਬਰ ਸਾਥੀ ਨੇ, ਟੀਮ ਦੇ ਮੈਂਬਰ ਨੇ, ਉਹ ਅੱਜ ਸਾਡੇ ਪਰਿਵਾਰ ਦੇ ਨਾਲ ਜੁੜੇ ਨੇ। ਮੈਂ ਕੋਈ ਸ਼ਾਮਿਲ ਹੋਇਆ ਨਹੀਂ ਕਹਿ ਸਕਦਾ, ਜੁੜੇ ਨੇ ਸਾਡੇ ਪਰਿਵਾਰ ਦੇ ਨਾਲ, ਅਤੇ ਮੈਨੂੰ ਬਹੁਤ ਜ਼ਿਆਦਾ ਵੀ ਖੁਸ਼ੀ ਵੀ ਇਸ ਗੱਲ ਦੀ ਕਿ ਇਹਨਾਂ ਨੇ ਸਾਡੇ ਪਰਿਵਾਰ ਨਾਲ ਜੁੜਨ ਦਾ ਜੋ ਫੈਸਲਾ ਲਿਆ, ਇਤਿਹਾਸਕ ਫੈਸਲਾ, ਸੋ ਇਹਨਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ 'ਚ ਥੈਂਕਸ ਕਰਦਾ। ਸਰ, ਇਸ ਚੀਜ਼ ਨੂੰ ਲੈ ਕੇ ਕਾਫੀ ਚੱਲ ਰਿਹਾ ਸੀ ਕਿ ਪ੍ਰਧਾਨ ਜੀ ਜਿਹੜੇ ਨਗਰ ਕੌਂਸਲ ਦੇ ਪ੍ਰਧਾਨ ਜੁਆਇਨ ਆਮ ਪਾਰਟੀ ਨੂੰ ਲੈ ਕੇ, ਹੁਣ ਜਿਹੜਾ ਨਗਰ ਕੌਂਸਲ ਦਾ ਵਿਕਾਸ ਕਿਸ ਤਰ੍ਹਾਂ ਜਿਹੜਾ ਰੁਕਿਆ ਹੋਇਆ ਵਿਕਾਸ ਹੋਏਗਾ ਅੱਗੇ, ਜਿਹੜਾ ਸ਼ਹਿਰ ਵੀ ਕਾਫੀ ਲੋਕ ਵੀ ਜਿਹੜੇ ਪਰੇਸ਼ਾਨ ਨੇ ਕੰਮਾਂ ਨੂੰ ਲੈ ਕੇ, ਸ਼ਹਿਰ ਦਾ ਜਿਹੜਾ ਵਿਕਾਸ ਰੁਕਿਆ ਹੋਇਆ ਸੀ? ਇਹ ਜ਼ਰੂਰ ਹੈ ਜੀ, ਪਿਛਲੇ ਜਦੋਂ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਬਣੀ ਹੈ, ਉਸ ਦਿਨ ਤੋਂ ਮੇਰਾ ਖਿਆਲ 1 ਮਹੀਨੇ ਬਾਅਦ ਨਗਰ ਕੌਂਸਲ ਦੇ ਪ੍ਰਧਾਨ ਜੀ ਇਹ ਬਣ ਗਏ ਸੀਗੇ। ਹਾਂਜੀ ਪ੍ਰਧਾਨ ਜੀ, ਕੀ ਕਹਿਣਾ ਚਾਹੁੰਦੇ ਹੋ? ਅੱਜ ਕਾਂਗਰਸ ਪਾਰਟੀ ਲੰਬਾ ਸਮਾਂ ਰਹੇ ਹੋ, ਅੱਜ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ, ਸ਼ਾਮਲ ਹੋਏ ਆਮ ਆਦਮੀ ਪਾਰਟੀ ਦੇ ਵਿੱਚ। ਇਹ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਅੱਜ ਤੋਂ 7-8 ਮਹੀਨੇ ਪਹਿਲਾਂ ਕਿੱਦਾਂ ਦੇ ਵਿਵਾਦ ਕੌਂਸਲ 'ਚ ਸੀਗੇ ਸਾਡੇ, ਅਤੇ ਜਿਸ ਹਿਸਾਬ ਨਾਲ ਇਹ ਸਾਡੇ ਵਿਧਾਇਕ ਸਾਹਿਬ ਨੇ ਆ ਕੇ ਸਾਡੇ ਨਾਲ ਸਾਥ ਦਿੱਤਾ, ਸਾਨੂੰ ਹਰੇਕ ਕੰਮ ਲਈ ਅੱਗੇ ਪ੍ਰੋਤਸਾਹਿਤ ਕੀਤਾ ਕਿ ਤੁਸੀਂ ਕੰਮ ਕਰੋ, ਬੇਝਿਜਕ ਹੋ ਕੇ ਕੰਮ ਕਰੋ, ਉਹ ਸਾਰੀ ਚੀਜ਼ਾਂ ਨੂੰ ਦੇਖਦੇ ਹੋਏ ਅੱਜ ਅਸੀਂ ਆਮ ਆਦਮੀ ਪਾਰਟੀ। ਲੜਾਈ ਵੀ ਲੰਬਾ ਸਮਾਂ ਰਹੀ ਹੈ ਨਗਰ ਕੌਂਸਲ ਨੂੰ ਕੌਂਸਲ ਦੇ ਵਿੱਚ ਲੈ ਕੇ, ਪ੍ਰਧਾਨਗੀ ਨੂੰ ਲੈ ਕੇ ਵੀ, ਪਰ ਵਿਕਾਸ ਰੁਕਿਆ ਰਿਹਾ ਤਲਵਾੜਾ ਸ਼ਹਿਰ ਦਾ, ਕਾਫੀ ਜਿਹੜਾ ਵਿਵਾਦ ਵੀ ਉਸ ਚੀਜ਼ ਨੂੰ ਲੈ ਕੇ, ਹੁਣ ਲੱਗਦਾ ਹੈ ਕਿ ਵਿਕਾਸ ਹੋਏਗਾ ਆਮ ਆਦਮੀ ਪਾਰਟੀ ਦਾ, ਤੁਸੀਂ ਸ਼ਾਮਲ ਹੋ ਗਏ ਹੋ? ਬਿਲਕੁਲ ਜੀ, ਜਿਸ ਵੇਲੇ ਕੀ ਕਹਿੰਦੇ ਵਿਧਾਇਕ ਸਾਹਿਬ ਸਾਡੇ ਨਾਲ ਮੀਟਿੰਗ 'ਚ ਆਏ ਪਹਿਲੀ ਵਾਰ, ਤਾਂ ਇਹਨਾਂ ਦਾ ਮੈਂ ਰਵੱਈਆ ਦੇਖ ਕੇ ਮੇਰਾ ਬੜਾ ਮਨ ਖੁਸ਼ ਹੋਇਆ ਕਿ ਇਹ ਤਲਵਾੜਾ ਸ਼ਹਿਰ ਨੂੰ ਲੈ ਕੇ ਇੰਨੇ ਉਤਸ਼ਾਹਿਤ ਨੇ ਕਿ ਉਹ ਮੈਨੂੰ ਕਹਿੰਦੇ ਪ੍ਰਧਾਨ ਜੀ ਆਪਾਂ ਇੱਦਾਂ ਕਰੀਏ ਕਿ ਇਹ ਕੰਮ ਵਧੀਆ ਹੋ ਸਕੇ, ਜਿਹੜੇ ਕੰਮ ਰੁਕੇ ਹੋਏ ਨੇ ਉਹਨਾਂ ਨੂੰ ਕੰਮਾਂ ਨੂੰ ਆਪਾਂ ਅੱਗੇ ਚਲਾਈਏ ਔਰ ਹੋਰ ਵਧੀਆ ਤਲਵਾੜਾ ਸ਼ਹਿਰ ਨੂੰ। ਇੱਕ ਆਖਰੀ ਸਵਾਲ, ਕਾਰਨ ਕੀ ਰਹਿ ਗਿਆ ਕਾਂਗਰਸ ਪਾਰਟੀ ਦਾ ਸਾਥ ਛੱਡਣਾ? ਲੰਬਾ ਸਮਾਂ ਪਰਿਵਾਰ ਦਾ ਹਿੱਸਾ ਰਹੇ ਹੋ, ਕਾਫੀ ਯੋਗਦਾਨ ਰਿਹਾ ਤੁਹਾਡਾ ਦਸੂਹਾ ਦੀ ਸਿਆਸਤ ਦੇ ਵਿੱਚ, ਰਾਮ ਪ੍ਰਸ਼ਾਦ ਨਾਮੀ ਹਸਤੀ ਰਹੇ ਨੇ ਉਸ ਪਰਿਵਾਰ ਦਾ ਹਿੱਸਾ, ਤੁਸੀਂ ਇਹ ਤੁਹਾਨੂੰ ਸਭ ਨੂੰ ਪਤਾ ਹੀ ਇਸ ਬਾਰੇ,
ਬਾਕੀ ਅਸੀਂ ਜੁਆਇਨ ਕਰ ਲਿਆ ਹੁਣ ਅਸੀਂ ਇਸ ਪਾਰਟੀ ਦੇ ਨਾਲ।